ਮੈਡੀਕਲ ਪ੍ਰੈਕਟੀਸ਼ਨਰਸ ਐਸੋਸੀਏਸ਼ਨ ਪੰਜਾਬ ਵੱਲੋਂ ਨੂਰਪੁਰ ਬੇਦੀ ਦੇ ਬੱਸ ਸਟੈਂਡ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਪੇਸ਼ਾ ਬਚਾਓ ਰੈਲੀ ਵੀ ਕੱਢੀ ਗਈ। ਪੰਜਾਬ ਸਰਕਾਰ ਜੋ ਕਿ ਬਣੇ ਨੂੰ ਕਾਫੀ ਸਮਾਂ ਉੱਠ ਗਿਆ ਹੈ, ਪਹਿਲਾਂ ਵੀ ਇਹਨਾਂ ਨੇ ਪੰਜਾਬ ਵਿੱਚ ਰਾਜ ਕੀਤਾ ਹੈ, ਹਰ ਵਾਰ ਸਾਡੇ ਨਾਲ ਧੋਖਾਧੜੀ ਕਰ ਰਹੇ ਅਤੇ ਇਹਨਾਂ ਚੋਣਾਂ ਵੇਲੇ ਵਾਅਦਾ ਕੀਤੀ ਸੀ ਕਿ ਤੁਹਾਨੂੰ ਅਸੀਂ ਮਾਨਤਾ ਦੇਵਾਂਗੇ, ਪਰ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਇਹ ਹੁਣ ਇਹ ਕਹਿੰਦੇ ਕਿ ਹਾਈ ਕੋਰਟ ਦੇ ਓਰਡਰ ਹੈ, ਹਾਈ ਕੋਰਟ ਦੇ ਓਰਡਰ ਅਸੀਂ ਮਾਣ ਕਰਦੇ, ਉਹਨਾਂ ਦੇ ਓਰਡਰ ਸਵੀਕਾਰ ਕਰਦੇ ਹਾਂ, ਪਰ ਪੰਜਾਬ ਸਰਕਾਰ ਨੇ ਜਿਹੜੀ ਕੋਚੀ ਚਾਲ ਚੱਲੀ ਹੈ, ਇੱਕ ਪਾਸੇ ਕਹਿੰਦੇ ਕਿ ਅਸੀਂ ਬੇਰੁਜ਼ਗਾਰੀ ਖਤਮ ਕਰਨੀ ਹੈ, ਦੂਜੇ ਪਾਸੇ ਸਾਡਾ ਰੁਜ਼ਗਾਰ ਨੂੰ ਖਤਮ ਕਰਨ ਦੇ ਤੁਲੇ ਹੋਏ ਨੇ, ਸਾਡੀ ਪਿੱਠ 'ਤੇ ਲੱਤ ਮਾਰਨ ਦੀ ਕੋਸ਼ਿਸ਼ ਕਰ ਰਹੇ। ਪਰ ਉਹਨਾਂ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਦੇਸ਼ ਦੇ 85% ਲੋਕ ਸਾਡੇ ਉੱਤੇ ਡਿਪੈਂਡ ਨੇ। ਜੇਕਰ ਸਰਕਾਰ ਨੇ ਅਜਿਹੀ ਕੋਈ ਵੀ ਗਲਤੀ ਕੀਤੀ ਸਾਡੇ ਮੈਡੀਕਲ ਪ੍ਰੈਕਟਿਸ ਨੂੰ ਬੰਦ ਕਰਨ ਦੀ, ਤਾਂ ਇਸਦੇ ਬਹੁਤ ਭੈੜੇ ਨਤੀਜੇ ਨਿਕਲਣਗੇ ਅਤੇ ਇੱਕ ਬਹੁਤ ਬੜਾ ਜ਼ੋਰਦਾਰ ਸੰਘਰਸ਼ ਛੇੜਿਆ ਜਾਵੇਗਾ, ਜਿਸਦਾ ਕਿ ਪ੍ਰਭਾਵ ਪੂਰੇ ਦੇਸ਼ ਵਿੱਚ ਪੈਂਦਾ। ਨੂੰ ਪ੍ਰੋਟੈਸਟ ਹੈ, ਇਹ ਪ੍ਰੋਟੈਸਟ ਇਸ ਕਰਕੇ ਆ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਵੀ ਸਾਨੂੰ ਪ੍ਰੈਕਟਿਸ ਕਰਨ ਦਾ ਰਾਈਟ ਨਹੀਂ ਦੇ ਰਹੀ, ਔਰ ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ ਚੀਫ ਜਸਟਿਸ ਮਿਨਿਸਟਰਾਂ ਦੁਆਰਾ ਦਿੱਤਾ ਗਿਆ ਹੈ, ਅਤੇ ਉਹਦੇ ਵਿਰੋਧ 'ਚ ਵੀ ਇੱਕ ਪ੍ਰੋਟੈਸਟ ਹੈ, ਜਿਹੜਾ ਜਸਟਿਸ ਹੈ ਸਾਡੇ ਲੋਕਾਂ ਨਾਲ ਨਹੀਂ ਹੋ ਰਿਹਾ, ਜਦਕਿ ਅਸੀਂ ਸਾਰੇ ਭਾਰਤ ਵਿੱਚ 20 ਲੱਖ ਦੀ ਗਿਣਤੀ ਦੇ ਕਰੀਬ ਮੈਡੀਕਲ ਪ੍ਰੈਕਟਿਸਿਸ ਹਾਂ। ਜੇ 20 ਲੱਖ ਮੈਡੀਕਲ ਪ੍ਰੈਕਟਿਸਿਸ ਦਾ ਕਿੱਤਾ ਬੰਦ ਹੁੰਦਾ ਆ ਤਾਂ ਜਿਹੜੇ ਦੇਸ਼ ਦੇ 80 ਕਰੋੜ ਦੇ ਕਰੀਬ ਲੋਕ ਹੈ ਜਿਹੜੇ ਆ ਉਹ ਦਵਾਈਆਂ ਤੋਂ ਬਿਨਾਂ ਰਹਿ ਜਾਣਗੇ, ਜਿਹਦੇ ਨਾਲ ਜਿਹੜੇ ਦੇਸ਼ ਦੇ ਵਿੱਚ ਹਾਹਾਕਾਰ ਮਚੇਗੀ। ਉਹ ਪ੍ਰੋਟੈਸਟ ਦੇ ਲਈ ਅਸੀਂ ਇਸ ਪ੍ਰੋਟੈਸਟ ਦੇ ਵਿੱਚ ਅਸੀਂ ਮਤਲਬ ਆਪਣੀ ਜਿਹੜੀ ਗੱਲ ਰੱਖੀ ਆ, ਔਰ ਪਟਿਆਲੇ ਵਿੱਚ ਸਿਹਤਮੰਦ ਦੇ ਬ੍ਰਹਮਿੰਦਰਾ ਦੀ ਕੋਠੀ ਸਾਹਮਣੇ 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਜਿਹੜਾ ਅਸੀਂ ਕੋਠੀਆਂ ਦਾ ਕੋਠੀ ਦਾ ਘਰਾਓ ਕਰ ਰਹੇ ਹਾਂ।